सड़क पार करन तो पहला एक बार जरूर देख लो है तस्वीर, रोंगटे खड़े कर देवेगी यह सीसीटीवी फुटेज। किंज हवा वांग आई गड्डी कुड़िया ले बन गई काल। जेकर तुसी भी किते जान ले सड़क पार कर दे होता है खबर जरूर देख लो, तस्वीरां देख के थोड़ा भी दिल दहल जाएगा। जिथे सड़क क्रॉस कर दिया कुड़िया नू नहीं पता सी कि किंज है गड्डी होना ले काल बन के आवेगी। एक खबर जलंधर दे रामा मंडी दी दसी जा रही है, जिथे सवेरे उस समय भाणा वरत गया जो एक गड्डी वाले ने सड़क पार कर दिया दो कुड़िया नू बुरी तरह कुचल दिता। दसिया जा रहा है कि जेड़ी गड्डी नाले एक्सीडेंट वापरिया है वह गड्डी पुलिस वाले दी सी, ते गड्डी दी स्पीड कितनी तेज सी इसका अंदाजा तस्वीरां देख के ही लगाया जा सकता है, जिस नाल कुड़िया दे चीथड़े उड़ गए जिस कारण एक कुड़ी दी मौके ते मौत हो गई। मृतका दी पछाण तन्नोवाली दी रहण वाली नवजोत कौर वजो हुई है। दसिया जा रहा है कि नवजोत कौर कोसमो हुंडई च काम करदी सी, वह अपनी सहेली दे नाल पैदल ही जा रही सी जिस तो बाद दोवें तेज रफ्तार ब्रीजा कार दी चपेट विच आ गईयां। उधर पिंड वासी अते मृतक दे परिवारक मैंबरां ने मेन हाईवे जाम कर दिता ते कहा कि जब तक आरोपी ते कतल दा मामला दर्ज नहीं हुंदा वह रोड नहीं खोलणगे। ਗੱਲ ਮੇਰੀ ਧੀ ਨੇ ਬੜੀ ਸੋਹਣੀ ਆਈ ਪਰ ਮਾਰ ਕੇ ਉਹਨੇ ਗੱਡੀ ਮਾਰ ਕੇ ਸੈੱਟ ਕੇ ਚੱਲ ਗਿਆ ਉੱਥੋਂ ਨਹੀਂ ਨਗਾ ਗਏ ਲਗੇ ਕਤਲ ਕੀਤਾ ਉਹਨੇ ਕਰਤਾ ਸਾਡੀ ਕੁੜੀ ਦਾ ਇਹਨੂੰ ਨਾ ਪੁੱਛੋ ਉਸ ਪੁਲਿਸ ਵਾਲੇ ਨੂੰ ਪੁੱਛੋ ਜਿਹੜਾ ਲੋਕ ਕੇਸ ਤੇ ਬੈਠਾ ਆ ਉਹਨੂੰ ਜਾ ਕੇ ਪੁੱਛੋ ਇਹਦੇ ਨਾਲ ਕੀ ਦੁਸ਼ਮਣੀ ਸੀਗੀ ਔਰ ਉੱਥੇ ਉਹਨੇ ਸੈੱਟ ਵਾਲਾ ਬਣਾਇਆ ਗੱਡੀ ਮਾਰੀ ਕੇ ਦੇ ਵਿੱਚ ਮੌਕੇ ਤੋਂ ਫਰਾਰ ਹੋਈ ਪੁਲਿਸ ਉੱਥੇ ਖੜੀ ਆ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲਦਾ 302 ਦਾ ਉਹਦੇ ਤੇ ਪਰਚਾ ਨਹੀਂ ਹੋਇਆ ਜਾਂਦਾ ਸਾਡੀ ਬੇਟੀ ਦਾ ਕਤਲ ਕੀਤਾ ਗਿਆ ਦੂਸਰੀ ਬੇਟੀ ਸਾਡੀ ਦੇ ਸੱਟਾਂ ਲੱਗੀਆਂ ਗਈਆਂ ਜਿੰਨਾ ਚਿਕਰ ਸਾਨੂੰ ਉਹਨਾਂ ਦਾ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਅਸੀਂ ਰੋਡ ਕਦੀ ਨਹੀਂ ਖੋਲਾਂਗੇ ਰੋਡ ਸਾਡੇ ਜਾਮ ਰਹਿਣਗੇ ਓਏ ਸਾਡਾ ਇਹ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਉੱਥੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ 302 ਦਾ ਪਰਚਾ ਕੀਤਾ ਜਾਵੇ ਸਾਡੀ ਜਿਹੜੀ ਬੱਚੀ ਦੇ ਸੱਟਾਂ ਲੱਗੀਆਂ ਉਹਨੂੰ ਸਰਕਾਰੀ ਜੌਬ ਦਿੱਤੀ ਜਾਵੇ 50 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਜਾਵੇ ਸਰ ਸਵੇਰੇ ਸਾਡੀ ਕੁੜੀ ਘਰ ਤੋਂ ਆਈ ਆ ਆਪਣੇ ਕੰਮ ਤੇ ਜਾ ਰਹੀ ਸੀਗੀ ਜਦੋਂ ਇਹ ਰੋਡ ਕ੍ਰਾਸ ਕਰਨ ਲੱਗਾ ਅੱਜ ਕਿਸਾਨਾਂ ਦੇ ਧਰਨੇ ਦੇ ਕਰਕੇ 150 ਬੰਦਾ ਇੱਥੇ ਪੁਲਿਸ ਦਾ ਖੜਾ ਸੀ ਐਨੀ ਟਾਈਮ ਖੜਾ ਸੀਗਾ ਕੁੜੀ ਦੇਖ ਕੇ ਗੱਡੀ ਹੁਣ ਸਾਡੇ ਹੱਥ ਵੀਡੀਓ ਆਈ ਆ ਕੁੜੀ ਗੱਡੀ ਦੇਖ ਕੇ ਪਿੱਛੇ ਹੋਈ ਆ ਉਹ ਪੁਲਿਸ ਵਾਲੇ ਨੇ ਸਿੱਧਾ ਲੈ ਜਾਣ ਦੀ ਬਜਾਏ ਕੁੜੀ ਦੇ ਲੱਤਾਂ ਦੇ ਵਿੱਚ ਦੀ ਗੱਡੀ ਮਾਰ ਕੇ ਲੈ ਕੇ ਗਿਆ ਆ ਸਾਨੂੰ ਇਨਸਾਫ ਚਾਹੀਦਾ ਕੁਛ ਵੀ ਹੋ ਜਾਵੇ ਸਾਨੂੰ ਭਾਵੇਂ 10 ਦਿਨ ਲੱਗਣ ਅਸੀਂ ਇੱਥੋਂ ਨਹੀਂ ਜਾਣਾ ਹੁਣ ਸਾਡੀ ਇੱਕੇ ਗੁੜੀਆ ਸੀ ਇੱਕ ਨਾਲ ਹੋ ਰਿਹਾ ਉਹਦੇ ਐਮਰਜੈਂਸੀ ਉਹਦੀਆਂ ਸੱਟਾਂ ਬਹੁਤ ਉਹ ਵੀ ਹਸਪੀਟਲ ਐਡਮਿਟ ਆ 8:30 ਵਜੇ ਭਾਜੀ ਕੁੜੀ ਦੀ ਡੈਥ ਹੁੰਦੀ ਆ ਭਾਜੀ ਆ ਟਾਈਮ ਦੇਖਿਓ ਟਾਈਮ ਭਾਜੀ 11:14 ਹੋ ਗਏ ਆ ਭਾਜੀ ਕੀ ਕਾਰਵਾਈ ਹੋਈ ਆ ਭਾਜੀ ਕੋਈ ਅਫਸਰ ਦਾ ਮੁੰਡਾ ਮੁੱਕਿਆ ਹੁੰਦਾ 5 ਮਿੰਟਾਂ 'ਚ ਬੰਦੇ ਦੀ ਵਰਦੀ ਲਿਥਣੀ ਸੀ ਕਿ ਨਹੀਂ ਲਿਥਣੀ ਸੀਗੀ ਤੁਸੀਂ ਆਪ ਸੋਚੋ ਭਾਜੀ ਇਸ ਵੇਲੇ 11:15 ਹੋ ਗਿਆ ਭਾਜੀ ਕੋਈ ਕਾਰਵਾਈ ਨਹੀਂ ਹੋਈ ਭਾਜੀ ਇਹਨਾਂ ਨੇ ਕੁੜੀ ਦੀ ਲਾਸ਼ ਚਾ ਕੇ ਪੋਸਟਮਾਰਟਮ ਲਈ ਭੇਜ ਲਈ ਉਹ ਵੀ ਗੰਭੀਰ ਹਾਲਤ ਦੇ ਵਿੱਚ ਆ ਉਹ ਵੀ ਗੰਭੀਰ ਹਾਲਤ ਦੇ ਵਿੱਚ ਆ ਕੁੜੀ ਜੀ ਭਾਜੀ ਪੁਲਿਸ ਪ੍ਰਸ਼ਾਸਨ ਹੁਣ ਆਇਆ ਸਭ ਹੱਲੇ ਵੀ ਕੋਈ ਕਾਰਵਾਈ ਨਹੀਂ ਹੋਈ ਹੱਲੇ ਕਹਿੰਦੇ ਬੰਦਾ ਫੜ ਲਿਆ ਇਦਾਂ ਹੋ ਗਈ ਉਦਾਂ ਹੋ ਗਈ ਸਾਨੂੰ ਸਿਰਫ ਇਸ ਵੇਲੇ ਤੁਸੀਂ ਆਪ ਲਾ ਲਓ ਘੱਟੋ ਘੱਟ 3 ਘੰਟੇ ਹੋ ਗਏ ਹਾਂਜੀ ਭਾਜੀ ਆਹ ਦੇਖੋ ਭਾਜੀ ਪਹਿਲਾਂ ਭਾਜੀ ਆਹ ਦੇਖੋ ਵੀਡੀਓ ਭਾਜੀ ਆਹ ਦੇਖੋ ਭਾਜੀ ਜਦੋਂ ਕੁੜੀ ਮੁੱਕੀ ਆ ਨਾ ਭਾਜੀ ਆਹ ਬੰਦਿਆਂ ਨੇ ਆਹ ਦੇਖੋ ਭਾਜੀ ਜਦੋਂ ਕੁੜੀ ਦੀ ਡੈਥ ਹੋਈ ਆ ਅੱਗੇ ਜਾ ਕੇ ਭਾਜੀ ਆ ਪੁਲਿਸ ਵਾਲੇ ਨੇ ਨਾ ਉਹਦੇ ਭਾਜੀ ਕੱਪੜੇ ਲਾਏ ਆ ਲਾ ਕੇ ਭਾਈ ਚਲ ਗਿਆ ਆਹ ਭਾਜੀ ਲਾਈਵ ਵੀਡੀਓ ਸੀਸੀਟੀਵੀ ਕੈਮਰੇ 'ਚ ਦੇਖਿਓ ਜੀ ਉਧਰ ਮੌਕੇ ਤੇ ਪਹੁੰਚੇ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਲੋ ਨੇ ਕਿਹਾ ਕਿ ਉਹਨਾਂ ਨੇ ਗੱਡੀ ਨੂੰ ਟ੍ਰੇਸ ਕਰ ਲਿਆ ਹੈ ਅਤੇ ਜਲਦ ਹੀ ਗੱਡੀ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮਾਮਲਾ ਇਹ ਕਿ ਲੜਕੀਆਂ ਧੰਨਵਾਲੀ ਦੇ ਰਹਿਣ ਵਾਲੀਆਂ ਦੋ
ਇਹ ਥੱਲੇ ਕ੍ਰੋਸ ਕਰਕੇ ਆ ਰਹੀਆਂ ਸੀ ਜਦੋਂ ਇਹ ਕ੍ਰੋਸ ਕੀਤਾ ਤੇ ਸਾਈਡ ਤੇ ਖੜੀ ਸੀ ਗੱਡੀ ਆਈ ਅੱਗੇ ਹੋਈ ਪਿੱਛੇ ਗੱਡੀ ਨੇ ਇਹਨਾਂ ਨੂੰ ਟੱਕਰ ਮਾਰ ਕੇ ਤੇ ਇੱਕ ਲੜਕੀ ਦੀ ਤੇ ਮੌਕੇ ਤੇ ਡੈਥ ਹੋ ਗਈ ਇੱਕ ਇੰਜਰਡ ਹੋਈ ਹੈ ਉਹਦਾ ਇਲਾਜ ਚੱਲ ਰਿਹਾ ਹਾਂ ਗੱਡੀ ਦਾ ਅਸੀਂ ਪਤਾ ਕਰਾ ਲਿਆ ਤੇ ਬੰਦੇ ਦਾ ਵੀ ਪਤਾ ਕਰਾ ਲਿਆ ਕਹਿ ਰਿਹਾ ਹਲੇ ਉਹਨੂੰ ਕਲੀਅਰ ਕਰ ਰਹੇ ਹਾਂ ਬਟ ਉਹ ਥੋੜੀ ਦੇਰ ਚ ਕਲੀਅਰ ਹੋ ਜਾਊਗਾ ਤੁਹਾਨੂੰ ਦੱਸ ਇੱਕ ਗੱਲ ਦੇਖਣ ਚ ਆਈ ਹੈ ਜਿਹੜੀ ਸੀਸੀਟੀਵੀ ਹੈ ਉਹਦੇ ਵਿੱਚ ਲੜਕੀਆਂ ਦੋ ਪੈਰ ਪਿੱਛੇ ਨੂੰ ਵੜਦੀਆਂ ਫਿਰ ਵੀ ਉਹਨੂੰ ਓਵਰ ਸਪੀਡ ਸੀਗੀ ਗੱਡੀ ਦੀ ਆ ਗੱਡੀ ਅਸੀਂ ਦੇਖ ਲਈ ਉਹ ਸੀਸੀਟੀਵੀ ਕਢਾ ਲਈ ਅਸੀਂ ਓਵਰ ਸਪੀਡ ਸੀ ਗੱਡੀ ਅਸੀਂ ਜੋ ਬੰਦਾ ਐਕਸ਼ਨ ਲਾਅ ਦੇ ਅਕੋਰਡਿੰਗਲੀ ਅਸੀਂ ਉੱਤੇ ਲੈ ਰਹੇ ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ ਪੰਜਾਬ ਦੇ ਜਲੰਧਰ ਸ਼ਹਿਰ ਰੈਣਕ ਬਾਜ਼ਾਰ ਦੀ ਸ਼ਾਨ ਫੈਂਸੀ ਕਲੈਕਸ਼ਨ ਦੇ ਚਾਰੇ ਪਾਸੇ ਹੋ ਰਹੇ ਚਰਚੇ ਜਿੱਥੋਂ ਕੋਟੀਆਂ ਦੇ ਭਾਅ ਖਰੀਦੋ ਲਗਜ਼ਰੀ ਕੱਪੜੇ ਲਹਿੰਗਾ ਸੂਟ ਸ਼ਰਾਰਾ ਗਰਾਰਾ ਪਲਾਜ਼ੋ ਸੂਟ ਮੈਰਿਜ ਸੂਟ ਪਾਰਟੀ ਸੂਟ ਹਰ ਇੱਕ ਵੈਰਾਈਟੀ ਮਿਲੇਗੀ ਆਸਾਨੀ ਦੇ ਨਾਲ ਜੇਕਰ ਖਰੀਦਣਾ ਚਾਹੁੰਦੇ ਹੋ ਆਪਣੇ ਮਨਪਸੰਦ ਦੇ ਕੱਪੜੇ ਤਾਂ ਦੇਰ ਨਾ ਕਰੋ ਹੁਣੇ ਪਹੁੰਚੋ ਫੈਂਸੀ ਕਲੈਕਸ਼ਨ ਇਹੀ ਨਹੀਂ ਤੁਸੀਂ ਵੀ ਇਹਨਾਂ ਨਾਲ ਜੁੜ ਕੇ ਨਵਾਂ ਕੰਮ ਕਰ ਸਕਦੇ ਹੋ ਸ਼ੁਰੂ ਤੇ ਕਮਾ ਸਕਦੇ ਹੋ ਲੱਖਾਂ ਰੁਪਏ ਵਧੇਰੇ ਜਾਣਕਾਰੀ ਲਈ ਹੁਣੇ ਕਰੋ ਸੰਪਰਕ ਫੋਨ ਨੰਬਰ 9888195703